राहुल वर्मा कहते साडा नहीं कसूर साडा जिला संगरूर जिला संगरूर दे अहमद करदा रहन वाला राहुल एक बेमिसाल आवाज नाल बुलंद राहुल पॉलीटेक्निक कॉलेज का विद्यार्थी राहुल राहुल साढ़े कॉलेज का ऑटोमोबाइल का थर्ड ईयर का विद्यार्थी है ते पढ़न च बड़ा होशियार है इंटेलीजेंट है क्लास च इहदी हाजरी भी 75% तो उपर होंदी है ते इहदे टीचर इहनूं ना एक क्वालिटी करके लाइक करदे है कि सारे टीचर दा ना बड़ा मान सम्मान ते सारे टीचर्स नूं बड़ी इज्जत दिंदे है डेडिकेटिड है जिहड़े भी काम दे पिछे पैंदा है उहनूं पूरी डेडिकेशन दे नाल करदा है अपना 100% उहदे विच दिंदा है ते असीं ऑन बिहाफ ऑफ साडा इंस्टीट्यूट पुट्टा पॉलीटेक्निक कॉलेज जिहड़ा कि पुट्टा ग्रुप ऑफ कॉलेजिस दा पार्ट है असीं इहनूं बेस्ट ऑफ लक दिंदे हैं ते साडियां सारियां दियां मतलब शुभकामनावां इहदे नाल हैगी है कि भी इह अगे फाइनल तक पहुँचे ते उत्थों जित के आवे। राहुल वर्मा ऑटोमोबाइल थर्ड ईयर स्टूडेंट आ ही इज़ वेरी ब्राइट स्टूडेंट फ्रॉम पुट्टा पॉलीटेक्निक कॉलेज ही इज़ डांसर एज वेल एज सिंगर ही इज़ वेरी इंटेलिजेंट इन देयर सब्जेक्ट्स ही इज़ सच अ ब्राइट स्टूडेंट। पैर में तिरंगे तेरे किसे होर दे नी बेड़े मैनू पता पै गए हो गए मैनू पता पै गए हो गए मजबूर सोनी है साडा बेड़ा भी सी केड़ा इन्नी दूर सोनी है साडा बेड़ा भी सी केड़ा इन्नी दूर सोनी है। ਮੱਧਮ ਵਰਗ ਵਾਰ ਨਾਲ ਸੰਬੰਧ ਰੱਖਣ ਵਾਲਾ ਰਾਹੁਲ ਮੈਂ ਰਾਹੁਲ ਵਰਮਾ ਦਾ ਡੈਡੀ ਮੇਰਾ ਨਾਮ ਜੋਰਾ ਸਿੰਘ ਵਰਮਾ ਮੰਡੀ ਅਹਿਮਦਗੜ੍ਹ ਅਤੇ ਆਪਣਾ ਬੱਚਾ ਜੀ ਇੱਥੇ ਗਾਉਣ ਦੇ ਵਿੱਚ ਬਹੁਤ ਇਹਦੀ ਦਿਲਚਸਪੀ ਸੀਗੀ ਇਹਨੂੰ ਬਹੁਤ ਕਿਹਾ ਵੀ ਭਾਈ ਕੋਈ ਗੱਲ ਨਹੀਂ ਤੂੰ ਆਪਣੀ ਲਾਈਫ ਵਧੀਆ ਬਣਾ ਜਿਵੇਂ ਬਣਾ ਸਕਦਾ ਪਰ ਸਾਨੂੰ ਇਹ ਤੋਂ ਪਤਾ ਲੱਗਿਆ ਵੀ ਇਹ ਆਪਣਾ ਸ਼ੋਅ ਚੱਲ ਰਿਹਾ ਕਿਸਮੇ ਕਿਤਨਾ ਦਮ ਉਹਦੇ ਵਿੱਚ ਜਦ ਆਪਣਾ ਬੱਚਾ ਗਿਆ ਵਾ ਉਹਦੇ ਵਿੱਚ ਇਹਨੂੰ ਵਧੀਆ ਪਹੁੰਚਿਆ ਉੱਥੇ ਉਹ ਜਾਂ ਬਹੁਤ ਵਧੀਆ ਜਾਣੀ ਕਿ ਇਹਦੇ ਉਸ ਤੋਂ ਸਾਨੂੰ ਪਤਾ ਲੱਗਿਆ ਵੀ ਹਾਂਜੀ ਬੱਚੇ 'ਚ ਕੁਛ ਹੈ ਇਹਦੇ ਸਕੂਲ ਦੇ ਵਿੱਚ ਵੀ ਬਹੁਤ ਕਰਦਾ ਸੀਗਾ ਵੀ ਉਹਦੇ ਵਿੱਚ ਸਾਨੂੰ ਜਦ ਪਤਾ ਲੱਗਿਆ ਵੀ ਇਹ ਸਾਡਾ ਹੁਣ ਇੱਥੇ ਤੱਕ ਇਹ ਪਹੁੰਚਿਆ। ਮੈਂ ਰਾਹੁਲ ਦੀ ਮਦਰ ਬੋਲ ਰਹੀ ਹਾਂ। ਮੇਰਾ ਬੇਟਾ ਕਿਸਨੇ ਕਿਤਨਾ ਇਹਦਮ ਦੇ ਵਿੱਚ ਪਾਰਟੀਸਪੇਟ ਕੀਤਾ ਇਹਨੇ ਅਤੇ ਪਹਿਲੀ ਵਾਰ ਇਸਨੇ ਵਿਕਟੋਰੀਆ ਸਕੂਲ ਦੇ ਵਿੱਚ ਇਹ ਕਾਲਜ ਤੋਂ ਆ ਰਿਹਾ ਸੀ ਇਹਨੇ ਉੱਥੇ ਪੋਸਟਰ ਦੇਖਿਆ ਦੇਖ ਕੇ ਇਹਨੇ ਆ ਕੇ ਮੈਨੂੰ ਕਿਹਾ ਵੀ ਮੰਮਾ ਉੱਥੇ ਵੀ ਫੰਕਸ਼ਨ ਹੋ ਰਿਹਾ ਵਾ ਪਾਰਟੀਸਪੇਟ ਲੈਣਾ ਮੈਂ ਕਿਹਾ ਬੇਟਾ ਵੀ ਚੱਲ ਕੋਈ ਗੱਲ ਨਹੀਂ ਉੱਧਰ ਮੇਰੀ ਭਾਣਜੀ ਦੀ ਡੈਥ ਹੋਈ ਸੀ ਅਸੀਂ ਉੱਥੇ ਦਾਖਲ ਹੋਣ ਜਾਣਾ ਸੀਗਾ ਅਤੇ ਇਹ ਕਹਿੰਦਾ ਮੰਮਾ ਮੈਂ ਪਾਰਟੀਸਪੇਟ ਕਰਨਾ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਇੱਧਰ ਅੰਕਲ ਨੇ ਇਹਨਾਂ ਦੇ ਬੇਟੇ ਤੋਂ ਮੈਂ ਕਿਹਾ ਪੈਸੇ ਫੜ ਕੇ 300 ਰੁਪਇਆ ਉੱਥੇ ਪਾਰਟੀਸਪੇਟ ਕਰ ਲਓ ਔਰ ਇਹ ਪਾਰਟੀਸਪੇਟ ਕਰਨ ਲਈ ਚਲਾ ਗਿਆ ਅਸੀਂ ਉੱਧਰ ਚਲੇ ਗਏ ਅਤੇ ਫਿਰ ਇਸਨੇ ਇਹ ਰਾਊਂਡ ਅੱਗੇ ਪਾਰ ਕੀਤਾ ਅਤੇ ਵੀਰ ਸੰਗਰੂਰ ਗਿਆ ਅਤੇ ਉੱਥੋਂ ਵੀ ਇਹਨੇ ਦੂਸਰਾ ਰਾਊਂਡ ਕਲੀਅਰ ਕਰ ਲਿਆ ਫਿਰ ਇਹ ਤੀਸਰੇ ਰਾਊਂਡ ਦੇ ਵਿੱਚ ਗਿਆ ਹੋਰੇ ਪਿਆ
ਸੱਤਵੀਂ ਕਲਾਸ ਤੋਂ ਇਹਨੂੰ ਸ਼ੌਂਕ ਸੀਗਾ ਗਾਉਣ ਦਾ। ਵੈਸੇ ਇਕੱਲਾ ਅੰਦਰ ਹੀ ਗਾਉਂਦਾ ਰਹਿੰਦਾ ਸੀ, ਇਕੱਲਾ ਕਦੇ ਬਾਥਰੂਮ ਦੇ ਵਿੱਚ ਅਤੇ ਕਦੇ ਅੰਦਰ ਬੈਠਾ ਇਕੱਲੇ ਹੀ ਗੁਣਗੁਣਾਉਂਦਾ ਰਹਿੰਦਾ ਸੀ। ਫਿਰ ਇਹਨੂੰ ਇੱਕ ਦਿਨ ਮਨ 'ਚ ਸ਼ੌਂਕ ਉੱਠਿਆ, ਮੇਰੀ ਬੇਟੀ ਨੂੰ ਡਾਂਸ ਦਾ ਸ਼ੌਂਕ ਸੀਗਾ, ਦਿਆਨੰਦ ਸਕੂਲ ਦੇ ਵਿੱਚ ਇਹ ਪੜ੍ਹਦੇ ਸੀਗੇ ਦੋਨੇ ਭੈਣ ਭਰਾ, ਅਤੇ ਬੇਟੀ ਨੂੰ ਡਾਂਸ ਦਾ ਸ਼ੌਂਕ ਸੀ। ਇਹਨੇ ਉਹਨੂੰ ਦੇਖ ਕੇ ਇਹਨੂੰ ਸ਼ੌਂਕ ਹੋਇਆ ਵੀ ਮੈਂ ਵੀ ਗਾਵਾਂ। ਇੱਕ ਦਿਨ ਇਹਨੇ ਸਿੰਗਿੰਗ ਦਾ ਪ੍ਰੋਗਰਾਮ ਕਰਨਾ ਸੀ, ਮੇਰੀ ਬੇਟੀ ਨੇ ਵੱਡੀ ਨੇ, ਅਤੇ ਇਹਨੇ ਮਾਂ ਦਾ ਗਾਣਾ ਗਾਇਆ, ਅਤੇ ਇਹ ਕਹਿੰਦਾ ਵੀ ਮੈਂ ਵੀ ਮੰਮਾ ਗਾਉਣਾ ਵਾ। ਇਹ ਦੋਨੇ ਭੈਣ ਭਾਈਆਂ ਨੇ ਮਾਂ 'ਤੇ ਹੀ ਸਿੰਗਿੰਗ ਕੀਤੀ, ਅਤੇ ਉਹ ਫਸਟ ਆਇਆ, ਰਾਹੁਲ ਫਸਟ ਆਇਆ, ਅਤੇ ਇਹ ਥਰਡ ਆਈ ਸੀ। ਉਸ ਤੋਂ ਉਸ ਦਿਨ ਤੋਂ ਇਹਨੂੰ ਸ਼ੌਂਕ ਹੋ ਗਿਆ ਵੀ ਮੈਂ ਫਸਟ ਆਇਆ ਵੀ ਮੈਂ ਕਰ ਸਕਦਾ ਵਾਂ। ਫਿਰ ਇਹ ਕਾਲਜ ਦੇ ਵਿੱਚ ਡਾਂਸ ਦਾ ਪਾਰਟੀਸਪੇਟ ਕੀਤਾ ਇਹਨੇ, ਹਿੱਪ ਹੌਪ ਦਾ, ਉੱਥੇ ਇਹਨੂੰ ਸ਼ੌਂਕ ਸੀਗਾ। ਉਸ ਦਿਨ ਤੋਂ ਇਹਨੂੰ ਸ਼ੌਂਕ ਹੋ ਗਿਆ। ਫਿਰ ਇਹ ਘਰ ਬਹੁਤ ਮਿਹਨਤ ਕਰਦਾ ਰਿਹਾ, ਹਾਰਮੋਨੀਅਮ ਦੇ ਨਾਲ ਸੁਬਹ ਤੋਂ ਲੈ ਕੇ ਸ਼ਾਮ ਤੀਕਰ ਲੱਗਿਆ ਰਹਿੰਦਾ ਵਾ ਹਰ ਟਾਈਮ, ਅਤੇ ਇੱਥੇ ਸਿਖਾਉਣ ਵਾਲਾ ਕੋਈ ਇੰਨਾ ਵਧੀਆ ਨਹੀਂ ਹੈਗਾ, ਅਤੇ ਆਪ ਹੀ ਇਹ ਇਕੱਲਾ ਮਿਹਨਤ ਕਰਦਾ ਵਾ। ਸਾਡਾ ਬੇਟਾ ਜਿੰਨੀ ਮਿਹਨਤ ਅਤੇ ਲਗਨ ਦੇ ਨਾਲ ਇਹ ਸਿੰਗਿੰਗ ਦਾ ਕਰ ਰਿਹਾ ਵਾ, ਅਸੀਂ ਚਾਹੁੰਦੇ ਹਾਂ ਕਿ ਇਹ ਹੋਰ ਵੀ ਅੱਗੇ ਮਿਹਨਤ ਕਰੇ, ਅਤੇ ਮਿਹਨਤ ਕਰਨ ਦੇ ਨਾਲ ਅੱਗੇ ਹੋਰ ਵਧੇ। ਸਾਡਾ ਬੇਟਾ ਅੱਗੇ ਮਿਹਨਤ ਹੋਰ ਕਰੂਗਾ ਅਤੇ ਕਰਦਾ ਰਹੂਗਾ, ਇਹ ਮਿਹਨਤ ਦੇ ਨਾਲ ਹੀ ਅੱਗੇ ਵੀ ਜ਼ਿਆਦਾ ਮਿਹਨਤ ਦੇ ਨਾਲ ਅੱਗੇ ਵੀ ਸਿਲੈਕਟ ਹੋਊਗਾ। ਮੈਗਾ ਐਡੀਸ਼ਨ ਇਹਨੇ ਕਲੀਅਰ ਕਰ ਲਿਆ ਔਰ ਕੁਆਟਰ ਫਾਈਨਲ 'ਚ ਪਹੁੰਚ ਗਿਆ। ਸਾਡੀ ਇਹ ਪਰਮਾਤਮਾ ਤੋਂ ਦੁਆ ਮੰਗਦੇ ਹਾਂ ਅਸੀਂ ਕਿ ਪਰਮਾਤਮਾ ਇਹਨੂੰ ਅੱਗੇ ਵੀ ਕਾਮਯਾਬੀ ਦੇਈ, ਬਾਕੀ ਪਰਮਾਤਮਾ ਇਹਦੇ ਮਿਹਰ ਭਰਿਆ ਹੱਥ ਰੱਖੀ। ਮੈਂ ਵੀ ਅਹਿਮਦਗੜ੍ਹ ਤੋਂ, ਮੇਰਾ ਬੇਟਾ ਅਸੀਂ ਸਾਰੇ ਸਾਡੇ ਵਿੱਚ ਹੀ ਪਲਿਆ ਪੜਿਆ ਹੋਇਆ, ਇਹ ਬਹੁਤ ਹੋਣਹਾਰ ਬੱਚਾ, ਬਹੁਤ ਜ਼ਿਆਦਾ, ਬਹੁਤ ਹੀ ਇੰਟੈਲੀਜੈਂਟ ਹੈ, ਬਹੁਤ ਹੀ ਇਹਨੂੰ ਸ਼ੌਂਕ ਸੀ ਦੋਨੇ ਭੈਣ ਭਰਾਵਾਂ ਨੂੰ, ਬਹੁਤ ਇਹਨਾਂ ਨੇ ਮਿਹਨਤ ਕਰ ਕਰਕੇ ਇੱਥੇ ਤੱਕ ਪਹੁੰਚੇ ਨੇ। ਬਹੁਤ ਬੱਚੇ ਇਹਨਾਂ ਨੂੰ ਹੁਨਰ ਦਿੱਤਾ ਗਿਆ, ਇਹਨਾਂ ਨੂੰ ਆਪਣੇ ਆਪ ਇਹਨਾਂ ਨੇ ਹੁਨਰ ਲਿਆ, ਔਰ ਸਕੂਲ ਦੇ ਵਿੱਚ ਥੋੜ੍ਹੀ ਇਹਨਾਂ ਨੂੰ ਫੀਸ ਬਹੁਤ ਇਹਨਾਂ ਨੂੰ ਸੀਗੀ, ਚਾਹਨਾ ਸੀ ਕਿ ਮੈਂ ਬਹੁਤ ਅੱਗੇ ਵਧਾਂ ਭਰਾਵਾਂ ਨੂੰ, ਇਸ ਕਰਕੇ ਉਹਨਾਂ ਨੇ ਥੋੜ੍ਹੀ ਆਪਣੇ ਆਪ ਹੀ ਘਰ 'ਚ ਬੈਠ ਕੇ ਹਾਰਮੋਨੀਅਮ ਵਜਾਉਂਦਾ ਸੀ ਔਰ ਆਪਣੀ ਇਸ ਤਰ੍ਹਾਂ ਕਰਦਾ ਸੀਗਾ, ਆਪਣੇ ਆਪ ਹੀ ਪ੍ਰੈਕਟਿਸ ਕਰਦਾ ਸੀ, ਔਰ ਬੱਚਾ ਹੁਣ ਅੱਜ ਇਹ ਕੁਆਟਰ ਫਾਈਨਲ ਦੇ ਵਿੱਚ ਪਹੁੰਚ ਚੁੱਕਿਆ। ਬੱਚੇ ਨੇ ਬਹੁਤ ਮਿਹਨਤ ਕੀਤੀ ਹੈ, ਬਹੁਤ ਹੀ ਇੰਟੈਲੀਜੈਂਟ ਬੱਚਾ ਹੈ, ਪਰਮਾਤਮਾ ਇਹਨੂੰ ਹੋਰ ਵੀ ਇਸ ਤੋਂ ਅੱਗੇ ਹੋਰ ਵੀ ਬਹੁਤ ਵਧਾਵੇ। ਸਾਰੀ ਸਾਰੀ ਰਾਵਤ ਪਾਮ ਕੰਧਾਂ ਭਰਨ ਗਾਰਾ, ਤੂੰ ਤੇ ਸਾਨੂੰ ਤੁਰਗਿਓ ਲਾ ਕੇ, ਤੂੰ ਤੇ ਸਾਨੂੰ ਤੁਰਗਿਓ ਲਾ ਕੇ, ਉਮਰਾਂ ਦਾ ਲਾਰ ਕੰਧਾਂ ਭਰਨ ਗਾਰਾ, ਸਾਰਾ ਸਾਰਾ ਤੇਰੇ ਮੇਰਾ ਨਾਮ ਵਿਸ਼ਨੂੰ ਵਰਮਾ ਹੈ ਅਤੇ ਮੈਂ BSc ਨਰਸਿੰਗ ਥਰਡ ਈਅਰ ਦੀ ਸਟੂਡੈਂਟ ਹੈ। ਮੈਂ ਰਾਹੁਲ ਦੀ ਬੜੀ ਸਿਸਟਰ ਹੈ ਐਂਡ ਰਾਹੁਲ ਨੂੰ ਮੇਰੇ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਛੋਟੇ ਹੁੰਦੇ ਤੋਂ। ਮੈਂ ਜਦ 8th ਕਲਾਸ ਦੇ ਵਿੱਚ ਸੀ ਉਦੋਂ ਰਾਹੁਲ ਆਈ ਥਿੰਕ 5th ਕਲਾਸ ਦੇ ਵਿੱਚ ਸੀ, ਉਦੋਂ ਤੋਂ ਅਸੀਂ ਛੋਟੇ ਹੁੰਦੇ ਸਕੂਲ ਦੇ ਵਿੱਚ ਗਾ ਰਹੇ ਹਾਂ ਅਤੇ ਮੈਨੂੰ ਵੀ ਪਹਿਲਾਂ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਸੀ, ਬਟ ਉਹ ਸ਼ੌਂਕ ਛੋਟੇ ਹੁੰਦੇ ਚਲਾ ਗਿਆ, ਬਟ ਇਹਨੂੰ ਰਿਹਾ। ਐਂਡ ਉਦੋਂ ਅਸੀਂ ਸੌਂਗ ਗਾਇਆ ਸੀ ਦੋਨਾਂ ਜਾਣਿਆਂ ਨੇ ਮਾਂ ਸੌਂਗ, ਜਿਸਦੇ ਵਿੱਚ ਰਾਹੁਲ ਨੇ ਵੀ ਮਾਂ 'ਤੇ ਸੌਂਗ ਗਾਇਆ ਸੀ ਅਤੇ ਮੈਂ ਵੀ ਮਾਂ 'ਤੇ ਸੌਂਗ ਗਾਇਆ ਸੀ ਐਂਡ ਮੈਨੂੰ ਥਰਡ ਪ੍ਰਾਈਜ਼ ਮਿਲਿਆ ਸੀ ਐਂਡ ਇਹਨੂੰ ਫਸਟ ਪ੍ਰਾਈਜ਼ ਮਿਲਿਆ ਸੀ। ਉਦੋਂ ਤਾਂ ਮੈਨੂੰ ਬਹੁਤ ਚੜਾਉਂਦਾ ਕਿ ਹਾਂ ਦੀਦੀ ਤੈਨੂੰ ਥਰਡ ਪ੍ਰਾਈਜ਼ ਮਿਲਿਆ, ਫਿਰ ਫਸਟ ਆਇਆ। ਐਂਡ ਦੈਨ ਫਿਰ ਹੌਲੀ ਹੌਲੀ ਇਹ ਪਰਫੋਰਮ ਕਰਦਾ ਗਿਆ ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਅਤੇ ਉਹ ਹੁਣ ਅਤੇ ਫਿਰ KKDH ਆਪਾਂ ਜਿਹੜਾ ਸ਼ੋਅ ਦੇਖਦੇ ਹਾਂ ਉਹਦੇ ਵਿੱਚ ਇਹਦੀ ਹੋਇਆ ਦਿਲ ਨੂੰ ਕਿ ਮੈਂ ਜਾਵਾਂ। ਐਂਡ ਇਹਨੇ ਉਹਦੇ ਵਿੱਚ ਟਰਾਈ ਕੀਤਾ ਅਤੇ ਸਫਲ ਵੀ ਹੋਇਆ ਅਤੇ ਹੁਣ ਇਹ ਕੁਆਟਰ ਫਾਈਨਲ ਦੇ ਵਿੱਚ ਪਹੁੰਚ ਗਿਆ ਹੈ। ਇੱਕ ਮੈਨੂੰ ਸੀਨ ਯਾਦ ਹੈ ਕਿ ਰਾਤ ਨੂੰ ਜਦ ਅਸੀਂ ਸੁੱਤੇ ਪਏ ਸੀ, ਰਾਤ ਦੇ 9 ਵਜੇ ਸੀ ਐਂਡ ਇਹ ਮੇਰੇ ਕੋਲ ਸੁੱਤਾ ਪਿਆ ਸੀ ਅਤੇ ਮੈਂ ਬਹੁਤ ਗਹਿਰੀ ਨੀਂਦ ਸੁੱਤੀ ਹੋਈ ਸੀ ਅਤੇ ਇਹ ਗੁਣਗੁਣਾ ਰਿਹਾ ਸੀ ਅਤੇ ਮੈਨੂੰ ਬਹੁਤ ਗੁੱਸਾ ਆਇਆ ਉਹਦੇ ਐਂਡ ਆਈ ਸਲੈਪਡ ਹਿਮ ਐਂਡ ਦੈਨ ਫਿਰ ਇਹ ਜਦ ਵੀ ਦੇਖੋ ਮੈਨੂੰ ਇਰੀਟੇਟ ਕਰਦਾ ਰਹਿੰਦਾ ਗਾ ਗਾ ਕੇ ਵਾਸ਼ਰੂਮ ਚ, ਰੂਮ ਚ, ਜਿੱਥੇ ਮਰਜ਼ੀ ਜਾਓ ਇਹ ਗਾਉਂਦਾ ਰਹਿੰਦਾ। ਐਂਡ ਮੈਂ ਕਹਿਣਾ ਚਾਹੂੰਗੀ ਆਲ ਦਾ ਬੈਸਟ ਰਾਹੁਲ, ਆਈ ਵਿਸ਼ ਯੂ ਵੈਰੀ ਵੈਰੀ ਗੁੱਡ ਲੱਕ ਐਂਡ ਆਈ ਹੋਪ ਯੂ ਵਿਲ ਮਿਸ ਯੂ। ਮੇਰਾ ਨਾਮ ਖੁਸ਼ੀ ਵਰਮਾ ਹੈ, ਮੈਂ 6th ਕਲਾਸ ਵਿੱਚ ਪੜ੍ਹਦੀ ਹਾਂ। ਮੇਰਾ ਨਾਮ ਸੁਰਿੰਦਰ ਕੌਰ ਵਰਮਾ ਜੀ, ਮੇਰਾ ਪੋਤਾ ਜੀ ਇਹ
ਮੈਨੂੰ ਬਹੁਤ ਸ਼ੌਂਕ ਪੈਂਦਾ ਵਾ ਜਦੋਂ ਮੈਂ ਇਹਨੂੰ ਦੇਖਦੀ ਹਾਂ ਗਾਉਂਦੇ ਨੂੰ, ਮੈਨੂੰ ਬੜਾ ਪਿਆਰਾ ਲੱਗਦਾ। ਮੇਰਾ ਬੱਚਾ ਇੰਨਾ ਸੋਹਣਾ ਵੀ ਗਾਉਂਦਾ ਜਾ ਬਹੁਤ ਜ਼ਿਆਦਾ, ਮੈਨੂੰ ਬਹੁਤ ਇਹਦਾ ਆਊਗਾ ਵੀ ਮੈਨੂੰ ਵੀ ਮੈਂ ਕੋਲੇ ਬਿਠਾ ਲੈਂਦੀ ਹਾਂ ਵੀ ਪੁੱਤ ਮੈਨੂੰ ਵੀ ਗਾ ਕੇ ਸੁਣਾ, ਮੈਨੂੰ ਬਹੁਤ ਅੱਛਾ ਲੱਗਦਾ ਇਹ ਗਾਣਾ ਗਾਉਣਾ। ਅਤੇ ਮੈਨੂੰ ਕਹੋ ਦਾਦੀ ਮੈਨੂੰ ਬਹੁਤ ਸੋਹਣਾ ਆਉਂਦਾ ਗਾਣਾ, ਸੋਹਣਾ ਲੱਗਦਾ। ਮੈਂ ਕਹੋ ਹਾਂ ਬੇਟਾ ਮੈਨੂੰ ਬਹੁਤ ਸੋਹਣਾ ਲੱਗਦਾ ਮੈਨੂੰ ਗਾਉਂਦਾ, ਮੇਰਾ ਪੁੱਤ ਹੋਰ ਕੋਈ ਨਹੀਂ, ਮੈਂ ਇਹ ਬਹੁਤ ਜ਼ਿਆਦਾ ਜਾਣੀ ਕਿ ਮਤਲਬ ਇਹਦੇ ਵੱਡੀ ਉਸ ਹੋ ਗਿਆ ਜਾਣੀ ਕਿ ਸਾਨੂੰ ਬਹੁਤ ਸੋਹਣਾ ਲੱਗਦਾ। ਮੈਂ ਇਹਨੇ ਝਿੜਕਿਆ ਨਾ ਕਰੋ ਜਾਣੀ, ਸ਼ਰਾਰਤੀ ਬਹੁਤ ਆ ਜਾਣੀ ਮੇਰਾ ਪੁੱਤ ਹੈ ਬਹੁਤ ਜ਼ਿਆਦਾ, ਇਹਨੇ ਪਿਆਰ ਬਹੁਤ ਕਰਤਾ ਆਪਣੀ ਦਾਦੀ ਦਾ। ਇਹ ਅੱਜ ਆਂਟੀ ਮੈਂ ਗਾ ਕੇ ਆਇਆ, ਮੈਂ ਮਤਲਬ ਸਿਲੈਕਟ ਹੋ ਗਿਆ। ਇਸ ਤਰ੍ਹਾਂ ਸਾਨੂੰ ਹਰ ਵਕਤ ਦੱਸਦਾ ਰਹਿੰਦਾ, ਹੁਣ ਕਹਿੰਦਾ ਵੀ ਮੈਨੂੰ ਫੋਨ ਆਊਗਾ, ਮੈਂ ਹੁਣ ਕੁਆਟਰ ਫਾਈਨਲ 'ਚ ਜਾਣਾ ਅਤੇ ਉਸ ਤੋਂ ਬਾਅਦ ਕਹਿੰਦਾ ਮੈਂ ਫਾਈਨਲ 'ਚ ਚਲਿਆ ਜਾਣਾ। ਸਿੰਘਾਂ ਨੇ ਪਰਮਾਤਮਾ ਨੂੰ ਦਿਨ ਸੁੱਖੀ ਰਾਤ ਚੰਗੀ ਤਰੱਕੀ ਦੇਵੇ, ਆਲ ਦੀ ਬੈਸਟ। ਕਹਿੰਦੇ ਫਾਈਨਲ ਤੱਕ ਪਹੁੰਚੇ, ਜਦੋਂ ਵੀ ਮਤਲਬ ਅਸੀਂ ਲੰਘਦੇ ਕਰਦੇ ਆਈਏ ਕੁਛ ਨਾ ਕੁਛ ਗਾਉਂਦੇ ਰਹਿੰਦਾ, ਜਦੋਂ ਵੀ ਜਾਂਦੇ ਹਾਂ ਇੱਧਰ ਨੂੰ ਜਾਈਏ ਜਾਂ ਇੱਧਰ ਆਈਏ ਗਾਉਂਦੇ ਰਹਿੰਦਾ। ਇਸ ਤਰ੍ਹਾਂ ਹੀ ਦੁਆ ਕਰਦੇ ਹਾਂ ਪਰਮਾਤਮਾ ਕਿ ਪਰਮਾਤਮਾ ਇਸਦੀ ਕਾਮਯਾਬੀ ਨੂੰ ਤਿਆਰ ਕਰਨਾ। ਸਤਿ ਸ਼੍ਰੀ ਅਕਾਲ ਜੀ, ਮੈਂ ਰਮਨ ਦੀ ਕਜ਼ਨ ਸਿਸਟਰ ਹਾਂ। ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰਾ ਵਿਸ਼ਨ ਪਾਰ ਕਰਕੇ ਕੁਆਟਰ ਫਾਈਨਲ 'ਚ ਆ ਗਿਆ। ਬਸ ਮੈਂ ਇਹ ਦੁਆ ਕਰੂੰਗੀ ਕਿ ਜਿੱਤ ਕੇ ਆਵੇ, ਬੈਸਟ ਆਫ ਲੱਕ। ਮੇਰਾ ਛੋਟਾ ਭਰਾ ਰਾਹੁਲ ਪਰਮਾ ਜੋ ਕਿ ਮੈਗਾ ਆਡੀਸ਼ਨ ਪਾਰ ਕਰਕੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ, ਸਾਡੀ ਇਹੀ ਵਿਸ਼ਿਜ਼ ਹੈ ਕਿ ਉਹ ਅੱਗੇ ਵਧੇ ਔਰ ਤਰੱਕੀ ਕਰਕੇ ਆਵੇ। ਬੈਸਟ ਆਫ ਲੱਕ। ਸ਼ੌਕ ਸੀ ਪਰ ਮੈਂ ਕਦੇ ਧਿਆਨ ਨਹੀਂ ਦਿੱਤਾ, ਯਾਨੀ ਅੰਦਰੋਂ ਦਿਲ ਕਰਦਾ ਸੀ ਅਤੇ ਮੈਂ ਗਾ ਲੈਂਦਾ ਸੀ। ਪਰ ਜਿਉਂ ਜਿਉਂ ਮੈਂ ਵੱਡਾ ਹੋਇਆ, 7th ਕਲਾਸ 'ਚ ਹੋਇਆ, ਅਤੇ ਮੈਨੂੰ ਲੱਗਿਆ ਵੀ ਹਾਂ ਮੈਂ ਗਾ ਸਕਦਾ। ਫਿਰ ਮੈਂ ਸਟਾਰਟਿੰਗ ਕੀਤੀ, ਫਿਰ ਫਿਰੋਜ਼ ਖਾਨ ਨੂੰ ਮੈਂ ਜ਼ਿਆਦਾ ਕਾਪੀ ਕਰਦਾ ਸੀਗਾ ਅਤੇ ਮੈਨੂੰ ਬਹੁਤ ਵਧੀਆ ਲੱਗਦੇ ਸੀ ਫਿਰੋਜ਼ ਖਾਨ ਜੀ। ਅਤੇ KKHB ਦਾ ਮੈਨੂੰ ਪਤਾ ਚੱਲਿਆ ਜਦੋਂ ਮੈਂ ਬਾਜ਼ਾਰ 'ਚੋਂ ਆ ਰਿਹਾ ਸੀ ਅਤੇ ਜਦ ਮੈਂ ਘਰ ਆਇਆ ਤਾਂ KKHB ਦਾ ਪੈਂਫਲੇਟ ਸਾਡੇ ਘਰ ਪਿਆ ਸੀ। ਅਤੇ ਮੈਂ ਉਸਨੂੰ ਦੇਖ ਕੇ ਫਿਰ ਆਪਣੇ ਮੰਮਾ ਨੂੰ ਕਿਹਾ ਕਿ ਮੰਮਾ ਮੈਂ ਜਾਣਾ। ਫਿਰ ਫੋਨ ਆਇਆ ਰਾਤ ਨੂੰ ਕਿ ਸਵੇਰੇ ਮੈਂ KKHB 'ਚ ਆਡੀਸ਼ਨ ਦੇਣ ਜਾਣਾ ਸੀ ਅਤੇ ਰਾਤ ਨੂੰ ਮੇਰੀ ਸਿਸਟਰ ਦੀ ਡੈਥ ਹੋ ਗਈ ਸੀ। ਅਤੇ ਫਿਰ ਸਿਸਟਰ ਦੀ ਡੈਥ ਹੋ ਗਈ ਸੀ ਫਿਰ ਉਸ ਤੋਂ ਬਾਅਦ 'ਚ ਮੈਂ ਮੰਮਾ ਨੂੰ ਕਿਹਾ ਕਿ ਮੰਮਾ ਨਹੀਂ ਮੈਂ ਜਾਣਾ, ਮੰਮਾ ਨਹੀਂ ਮੈਂ ਜਾਣਾ। ਫਿਰ ਮੰਮਾ ਮੰਨ ਗਏ ਕਿ ਜਾ। ਫਿਰ ਮੈਂ KKHB ਦਾ ਆਡੀਸ਼ਨ ਦੇਣ ਗਿਆ ਅਤੇ ਉੱਥੋਂ ਫਿਰ ਮੈਂ ਸਿਲੈਕਟ ਹੋ ਗਿਆ। ਫਿਰ ਮੈਂ ਘਰ ਆਇਆ, ਮੰਮਾ ਨੂੰ ਦੱਸਿਆ, ਉਹਨਾਂ ਨੂੰ ਬਹੁਤ ਖੁਸ਼ੀ ਹੋਈ। ਫਿਰ ਮੈਂ ਉਸ ਤੋਂ ਬਾਅਦ 'ਚ 2nd ਰਾਊਂਡ ਵੀ ਕਲੀਅਰ ਕਰ ਗਿਆ, 3rd ਰਾਊਂਡ ਵੀ, ਅਤੇ ਹੁਣ ਮੈਂ 4th ਰਾਊਂਡ ਵੀ ਕਲੀਅਰ ਕਰ ਗਿਆ ਸੀ। ਹੁਣ ਮੈਂ 5th ਰਾਊਂਡ ਕੁਆਟਰ ਫਾਈਨਲ 'ਚ ਪਹੁੰਚ ਗਿਆ ਹਾਂ। ਅਤੇ ਮੈਂ ਸਭ ਤੋਂ ਪਹਿਲਾਂ ਆਡੀਸ਼ਨ ਵਿਕਟੋਰੀਆ ਸਕੂਲ 'ਚ, ਫਿਰ 2nd ਸੰਗਰੂਰ, 3rd ਸੰਗਰੂਰ ਅਤੇ 4th ਮੈਂ ਗੋਬਿੰਦਗੜ੍ਹ 'ਚ ਦਿੱਤਾ ਸੀ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਜਦੋਂ ਸਿਲੈਕਟ ਹੋ ਜਾਂਦਾ ਆਡੀਸ਼ਨ 'ਚ, ਅਤੇ ਮੈਨੂੰ ਲੱਗਦਾ ਕਿ ਮੈਂ ਹੀ ਬਣਾਂਗਾ KKHB। ਆਪਣੀ ਆਵਾਜ਼ ਦੇ ਜਾਦੂ ਨਾਲ ਕਿਸਮੇ ਕਿਤਨਾ ਹੈ ਦਮ ਦੇ ਸੈਮੀ ਫਾਈਨਲ ਵਿੱਚ ਪਹੁੰਚ ਚੁੱਕਾ ਰਾਹੁਲ। ਰਾਤ ਤੜਕਦੀ ਨਹੀਂ, ਹਾਂ ਨੈਣਾਂ ਦੀ ਜ਼ਮੀਨ ਉੱਤੇ ਨੀਂਦ ਵੀ ਮੇਰੀ ਪੈਰ ਹੁਣ ਰੱਖਦੀ ਨਹੀਂ। ਤੂੰ ਕਰ ਦਿੱਤਾ ਕੀ ਮੇਰਾ ਲੱਗਦਾ ਨਾ ਜੀ, ਤੂੰ ਕਰ ਦਿੱਤਾ ਕੀ ਮੇਰਾ ਲੱਗਦਾ ਨਾ ਜੀ, ਅੱਜ ਨਹੀਂ ਉੱਥੇ ਮੇਰਾ ਕੱਲ ਜਿੱਥੇ ਸੀ, ਤੇਰੇ ਬਿਨਾਂ ਦਿਨ ਮੇਰੇ ਸਾਹ ਨਹੀਂ ਲੈਂਦੇ,
रात तड़कदी नहीं। किस्मत ने मोड़े कैसे मोड़, मंजिल तेसी कोई हो, मुश्किल बड़ा तन्हाइयां दा दौर चलदा नहीं कोई। उम्मीद है कि राहुल अगे भी बहुत वड्डियां वड्डियां मल्ला मारेगा। हालातां दा चारा की करिए, तिड़क जाए गए सहारा की करिए, की गलती हुई की वजह, रब्बा केड़ी गलती सजा दिती सानू दस दे जरा।